ਜੜਤਾ ਪੰਪ ਸਮੱਗਰੀ 50 ਸੈਂਟੀਮੀਟਰ ਲੰਬਾ ਅਤੇ 2 ਸੈਂਟੀਮੀਟਰ ਵਿਆਸ ਦਾ ਪੀਵੀਸੀ ਪਾਈਪ। 50 ਸੈਂਟੀਮੀਟਰ ਲੰਬਾ 2 ਸੈਂਟੀਮੀਟਰ ਮੋਟਾ ਇੱਕ ਪੀਵੀਸੀ ਪਾਈਪ ਲਓ। ਪਾਈਪ ਨੂੰ ਖੱਬੇ ਹੱਥ ਨਾਲ ਪਾਣੀ ਦੀ ਭਰੀ ਬਾਲਟੀ ਵਿੱਚ ਖੜਾ ਕਰੋ। ਆਪਣੇ ਸੱਜੇ ਹੱਥ ਦੀ ਤਲੀ ਨਾਲ ਪਾਈਪ ਦਾ ਮੂੰਹ ਖੋਲ੍ਹੋ ਅਤੇ ਬੰਦ ਕਰੋ। ਜਿਵੇਂ ਜਿਵੇਂ ਤੁਸੀਂ ਹੱਥ ਉੱਪਰ ਹੇਠਾਂ ਕਰੋਗੇ ਤੁਹਾਡੀ ਹੱਥ ਦੀ ਤਲੀ ਵਾਲਵ ਦੀ ਤਰ੍ਹਾਂ ਕੰਮ ਕਰੇਗੀ। ਜਦੋਂ ਤੁਸੀਂ ਪਾਈਪ ਉੱਪਰ ਕਰੋਗੇ ਤਾਂ ਉੱਪਰਲਾ ਛੇਕ ਬੰਦ ਹੋਵੇਗਾ, ਜਦੋਂ ਪਾਈਪ ਹੇਠਾਂ ਕਰੋਗੇ ਤਾਂ ਉੱਪਰਲਾ ਛੇਕ ਖੁੱਲ੍ਹ ਜਾਵੇਗਾ। ਪਾਈਪ ਦੀ ਪਾਣੀ ਉੱਪਰ ਹੇਠਾਂ ਗਤੀ ਬਰਕਰਾਰ ਰੱਖੋ ਅਤੇ ਹੱਥ ਨਾਲ ਪਾਈਪ ਦਾ ਉੱਪਰਲਾ ਮੂੰਹ ਖੋਲ੍ਹੋ ਅਤੇ ਬੰਦ ਕਰੋ। ਇਹ ਸਭ ਤੋਂ ਆਸਾਨ ਅਤੇ ਵਧੀਆ ਪੰਪ ਹੈ ਜਿਸ ਨੂੰ ਤੁਸੀਂ ਆਪਣੇ ਹੱਥ ਦੀ ਗਤੀ ਨਾਲ ਬਣਾਇਆ ਹੈ ਅਤੇ ਹੱਥ ਨੂੰ ਹੀ ਵਾਲਵ ਦੀ ਤਰ੍ਹਾਂ ਇਸਤੇਮਾਲ